ਹੈਲੋ ਗਾਇਸ, ਗੁੱਡ ਮਾਰਨਿੰਗ। ਹੋਰ ਕੀ ਹਾਲ ਚਾਲ ਹੈ? ਤੇ ਅਸੀਂ ਆ ਗਏ ਹਾਂ ਫਿਰ ਤੁਹਾਡੇ ਕੋਲ ਨਵੀਂ ਵੀਡੀਓ, ਨਵਾਂ ਵਲੌਗ ਲੈ ਕੇ। ਤੇ ਸਵੇਰ ਦੇ ਵੱਜ ਚੁੱਕੇ ਹੈ 8:30, ਤੇ ਹੁਣ ਆਪਣੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਤੇ ਅੱਜ ਵੀਕਐਂਡ ਵਿੱਚ ਆਪਾਂ ਚੱਲਦੇ ਹਾਂ, ਤੁਹਾਨੂੰ ਘੁਮਾਉਂਦੇ ਹਾਂ, ਫਿਰਾਉਂਦੇ ਹਾਂ, ਇੰਜੋਏ ਕਰਾਉਂਦੇ ਹਾਂ। ਤੇ ਸਭ ਤੋਂ ਪਹਿਲੇ ਹੁਣ ਆਪਾਂ ਨਾਸ਼ਤਾ ਪਾਣੀ ਕਰਾਂਗੇ। ਨਾਸ਼ਤਾ ਪਾਣੀ ਕਰਕੇ ਪ੍ਰਤਾਪ ਦਾ ਅੱਜ ਪੇਪਰ ਹੈ ਗੁਰਮੁਖ ਕੈਂਪ ਦਾ, ਤੇ ਗੁਰਮੁਖ ਕੈਂਪ ਵਿੱਚ ਜਾਂਦੀ ਸੀ ਤੇ ਉੱਥੇ ਉਹਦਾ ਪੇਪਰ ਵੀ ਹੈ, ਤੇ ਉਹਨੂੰ ਗੁਰਦੁਆਰੇ ਵੀ ਛੱਡਣਾ ਹੈ। ਗੁਰਦੁਆਰੇ ਛੱਡ ਕੇ ਫਿਰ ਆਪਾਂ ਜਿਹੜਾ ਅੱਜ ਦਾ ਪਲਾਨ ਹੈ ਸਾਰਾ ਉਹ ਤੁਹਾਡੇ ਨਾਲ ਕਰਦੇ ਹਾਂ, ਇੰਜੋਏ ਕਰਦੇ ਹਾਂ। ਤੇ ਨਾਲ ਹੀ ਨਾਲ ਅੱਜ ਮੀਂਹ ਵੀ ਪੈ ਰਿਹਾ ਹੈ, ਮੀਂਹ ਦੇ ਕਰਕੇ ਜਿਹੜੀ ਸਾਡੀ ਪਲੈਨਿੰਗ ਹੈ ਉਹ ਫੇਲ ਨਾ ਹੋ ਜਾਏ, ਠੀਕ ਹੈ? ਪਰ ਕੋਸ਼ਿਸ਼ ਰਹੇਗੀ ਕਿ ਆਪਾਂ ਜਿਹੜਾ ਪਲਾਨ ਬਣਾਇਆ ਉਹ ਪੂਰਾ ਕਰਾਂਗੇ ਅੱਜ। ਤੇ ਹੁਣ ਪਹਿਲੇ ਪ੍ਰਤਾਪ ਨੂੰ ਗੁਰਦੁਆਰੇ ਛੱਡਾਂਗੇ, ਤੇ ਫਿਰ ਦੁਕਾਨ ਤੇ ਬੈਠਦੇ ਹਾਂ, ਕੋਈ ਕੰਮ ਹੋਏਗਾ ਤੇ ਠੀਕ ਹੈ, ਨਹੀਂ ਤੇ ਇੰਜੋਏ ਕਰਦੇ ਹਾਂ ਬਰਸਾਤ ਦੇ ਮਜ਼ੇ ਕਰਦੇ ਹਾਂ। ਹੁਣ ਚੱਲਦਾ ਮੈਂ ਰਸੋਈ ਵਿੱਚ, ਰਸੋਈ ਵਿੱਚ ਆਪਣਾ ਨਾਸ਼ਤਾ ਪਾਣੀ ਬਣ ਚੁੱਕਿਆ ਹੈ ਤੇ ਸੈਂਡਵਿਚ ਤਿਆਰ ਹੋ ਚੁੱਕੇ ਹੈ। ਅੱਜ ਆਪਾਂ ਨਵਾਂ ਜਿਹੜਾ ਟੋਸਟਰ ਲੈ ਕੇ ਆਏ ਸੀਗੇ ਬਣਾਉਣ ਵਾਲਾ, ਟੋਸਟ ਬਣਾਉਣ ਵਾਲਾ, ਤੇ ਉਹ ਟੋਸਟਰ ਵਿੱਚ ਆਪਾਂ ਸੈਂਡਵਿਚ ਬਣਾਏ ਹੈ, ਪਿਆਜ਼ ਪਨੀਰ ਦੇ ਸੈਂਡਵਿਚ, ਤੇ ਆਪਾਂ ਰੇਡੀ ਪਿਆ, ਠੀਕ ਹੈ, ਰੇਡੀ ਪਿਆ। ਤੇ ਆਪਾਂ ਚੱਲਦੇ ਹਾਂ ਹੁਣ ਖਾਣ ਲਈ, ਤੇ ਇਹਨੂੰ ਖਾ ਕੇ ਫਿਰ ਤੁਹਾਨੂੰ ਆਪਾਂ ਪ੍ਰਤਾਪ ਨਾਲ ਮਿਲਵਾਉਂਦੇ ਹਾਂ। ਪ੍ਰਤਾਪ ਹਲੇ ਦੁਮਾਲਾ ਬਣ ਰਹੀ ਹੈ, ਆਹ ਵੇਖ ਲਓ। ਪ੍ਰਤਾਪ ਹੈਲੋ ਕਰੋ, ਹੈਲੋ। ਤੇ ਪ੍ਰਤਾਪ ਦਾ ਅੱਜ ਪੇਪਰ ਵੀ ਹੈ ਤੇ ਉਹਨੂੰ ਲੈ ਕੇ ਜਾਣਾ, ਤੇ ਆਪਾਂ ਨਾਸ਼ਤਾ ਕਰ ਲਈਏ। ਤੇ ਸੈਂਡਵਿਚ ਦੇਖੋ ਕਿੱਦਾਂ ਦੇ ਬਣੇ ਆ, ਸਵਾਦ ਹੈ। ਤੇ ਮੈਂ ਖਾ ਕੇ ਦੱਸਦਾ ਹੁਣ ਕਿੱਦਾਂ ਦੇ ਬਣੇ ਆ, ਆ ਜਾਓ, ਚੱਪਲਾਂ ਪਾ ਲਓ ਆਪਣੀਆਂ। ਚਲੋ ਜੀ, ਪ੍ਰਤਾਪ ਔਰ ਮੈਂ ਹੁਣ ਜਾ ਰਹੇ ਹਾਂ ਗੁਰਦੁਆਰੇ, ਤੇ ਪ੍ਰਤਾਪ ਨੂੰ ਗੁਰਦੁਆਰੇ ਛੱਡ ਕੇ ਮੈਂ ਚੱਲਾਂਗਾ ਦੁਕਾਨ 'ਤੇ। ਚਲੋ ਪਾਓ ਹੁਣ, ਐ ਮੈਨੂੰ ਫੜਾ ਦਿਓ ਫਾਈਲ, ਫਾਈਲ ਮੈਨੂੰ ਫੜਾ ਦਿਓ। ਚਲੋ ਪਾਓ, ਲਾਈਟਾਂ ਵੀ ਬੱਜਦੀਆਂ ਨੇ। ਹਾਂ ਵੀ ਦੇਖ ਲਓ, ਇਹ ਚੱਪਲਾਂ ਵਿੱਚ ਨਾ ਲਾਈਟਾਂ ਵੀ ਬੱਜਦੀਆਂ ਨੇ, ਜਲਦੀਆਂ ਨਹੀਂ ਹੈ, ਬੱਜਦੀਆਂ ਨੇ, ਬੱਜਦੀਆਂ ਨੇ। ਲਓ ਜੀ, ਪ੍ਰਤਾਪ ਮੈਨੂੰ ਕਹਿੰਦੀ ਹੈ ਕਿ ਪਿੱਧੀ ਚੱਕ ਲਓ, ਤੇ ਅਸੀਂ ਪ੍ਰਤਾਪ ਨੂੰ ਚੱਕ ਲਿਆ ਪਿੱਧੀ, ਪੱਧੀ ਪੱਧੀ ਪਿੱਧੀ ਪੱਧੀ। ਚਲੋ 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 ਚਲੋ, ਚੱਲਦੇ ਆ, ਦੌੜਦੇ ਨਹੀਂ ਹੈ, ਠੀਕ ਹੈ, ਦੌੜਦੇ ਨਹੀਂ ਬਈ, ਚੱਲਦੇ ਆ। ਚਲੋ ਬਸ ਉਤਰ ਗਏ ਅਸੀਂ ਥੱਲੇ, ਚਲੋ ਚਲੋ ਚਲੋ। ਉਹ ਬੀਬੀ ਜੀ ਆ ਗਏ, ਬੀਬੀ ਜੀ ਆ ਗਏ, ਹੋ ਗਿਆ ਚਾਲੂ, ਚਾਲੂ ਹੈ, ਚਾਲੂ ਹੋ ਰਿਹਾ ਹੈ। ਛੁੱਟੀ ਕਿੰਨੇ ਵਜੇ ਹੋਈ? ਛੁੱਟੀ ਪਤਾ ਨਹੀਂ ਹਾਲੇ ਤੇ, ਪੁੱਛ ਕੇ ਦੱਸੀ ਮੈਨੂੰ। ਆ ਜਾਓ ਆ ਜਾਓ ਭਾਜੀ, ਤੁਸੀਂ ਵੀ ਆ ਜਾਓ, ਦੇ ਦਾਦੂ ਬੈਠੇ, ਦਾਦੂ ਦੁਕਾਨ ਤੇ, ਬਾਏ ਕਰਦੇ, ਬਾਏ ਦਾਦੂ ਨੂੰ, ਬਾਏ ਕਰਦੇ, ਬਾਏ। ਚਲੋ ਬਈ ਚਲੋ ਸਾਹਮਣੇ ਗੁਰਦੁਆਰੇ, ਮੀਂਹ ਤੇਜ਼ ਆ ਜਾਏਗਾ, ਬੱਚੇ ਆ ਗਏ ਸਾਰੇ ਗੁਰਦੁਆਰੇ ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਬੱਚੇ ਬਹਿ ਗਏ ਆ ਸਾਰੇ, ਆ ਸਾਡੀ ਪ੍ਰਤਾਪ ਬੈਠੀ ਹੈ, ਤੇ ਸਭ ਨੂੰ ਬਿਠਾ ਦਿੱਤਾ ਗਿਆ ਇੱਥੇ ਬੱਚਿਆਂ ਨੂੰ ਪੇਪਰ ਵਾਸਤੇ, ਤੇ ਇਹਨਾਂ ਨੂੰ ਇੱਕ ਇੱਕ ਕੁਐਸਚਨ ਪੇਪਰ ਦਿੱਤਾ ਗਿਆ, ਅਤੇ ਉਹ ਕੁਐਸਚਨ ਪੇਪਰ ਨੂੰ ਇਹਨਾਂ ਨੇ ਜੋ ਵੀ ਕਰਨਾ ਹੈ, ਹੱਲ ਕਰਨਾ ਹੈ, ਕੀ ਕਰਨਾ, ਅਤੇ ਬਾਕੀ ਛੋਟੇ ਬੱਚਿਆਂ ਦਾ ਜਿਹੜਾ ਸੁਣਨ ਦਾ ਪ੍ਰੋਗਰਾਮ ਰਹੇਗਾ, ਇਹਨਾਂ ਤੋਂ ਸੁਣਿਆ ਜਾਏਗਾ ਕਿ ਇਹਨਾਂ ਨੇ ਕੀ ਯਾਦ ਕੀਤਾ। ਇੱਥੇ ਵੱਡੇ ਬੱਚਿਆਂ ਦੇ ਜਿਹੜੇ ਪੇਪਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜੀ। ਹੁਣ ਬੱਚੇ ਜਿਹੜੇ ਹੈ ਪੇਪਰ ਦੇ ਰਹੇ ਆ, ਲਓ ਜੀ ਮੇਰੀ ਲਾਡੋ ਤਿਆਰ ਹੋ ਗਈ ਹੈ, ਅਤੇ ਆਹ ਅਸੀਂ ਪਿੱਛੇ ਪੀੜੀਆਂ ਬੰਨ ਲਈਆਂ ਦੋ, ਅਤੇ ਆਹ ਆਪਾਂ ਗੁਰਦੁਆਰੇ ਦੇਣੀਆਂ ਨੇ, ਠੀਕ ਹੈ ਜੀ। ਅਤੇ ਹੁਣ ਚੱਲਦੇ ਹਾਂ, ਅਤੇ ਮਿਲਦੇ ਹਾਂ ਹੁਣ ਤੁਹਾਨੂੰ ਰਸਤੇ 'ਚ।
ਸਾਰੀ ਗਲੀਆਂ ਗਿੱਲੀਆਂ ਗਿੱਲੀਆਂ ਹੋਈਆਂ ਪਈਆਂ ਬਰਸਾਤ ਕਰਕੇ। ਬਰਸਾਤ ਅੱਜ ਰਾਤ ਤੋਂ ਹੀ ਪਈ ਜਾਂਦੀ ਹੈ। ਹਾਂ ਬਈ ਕੀ ਹਾਲ ਹੈ? ਉਹ ਬਰਸ਼ ਚੱਲ ਰਿਹਾ ਹਲੇ ਤੱਕ ਸਾਡੇ ਬਾਜੀ ਦਾ ਬਰਸ਼ ਚੱਲ ਰਿਹਾ ਹਲੇ, ਮੋਰਨਿੰਗ ਹੋਈ ਆ ਹੁਣ। ਹੋਰ ਕੀ ਹਾਲ ਹੈ? ਵਲੌਗ ਬਹੁਤ ਅੱਛਾ ਬਣਿਆ ਜੀ ਤੁਹਾਡਾ, ਆਈਫੋਨ ਵਾਲਾ। ਇਹ ਭਾਜੀ ਵੀ ਵਲੌਗ ਬਣਾਉਂਦੇ ਆ, ਇਹਨਾਂ ਦਾ ਛੋਟਾ ਮੁੰਡਾ ਉਹ ਵਲੌਗ ਬਣਾਉਂਦਾ। ਕੀ ਨਾਮ ਤੁਹਾਡਾ? ਅਵੀ ਵਲੌਗ ਹੈ, ਵਲੌਗਰ ਅਵੀ ਹੈ, ਵਲੌਗਰ ਅਵੀ, ਵਲੌਗਰ ਅਵੀ ਦੇ ਨਾਮ ਤੋਂ ਭਾਜੀ ਦਾ। ਹਾਂਜੀ ਪਹੁੰਚ ਗਏ ਹਾਂ ਜੀ ਆਪਾਂ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾ, ਬਲਜੀਤ ਨਗਰ, ਪਟੇਲ ਨਗਰ। ਅਤੇ ਇੱਥੇ ਪਾਠ ਹੈ ਅੱਜ ਹਫ਼ਤਾਵਾਰੀ, ਠੀਕ ਹੈ ਜੀ। ਅਤੇ ਆਪਣੀ ਫੌਜਾਂ ਪਹਿਲੇ ਇੱਥੇ ਚੱਲਦੇ ਹਾਂ ਆਪਾਂ, ਇੱਥੇ ਲੰਗਰ ਪ੍ਰਸ਼ਾਦਾ ਬਣਦਾ। ਅਤੇ ਆਪਣੀ ਲੱਡੋ ਆ ਖੜੀ ਆ, ਆ ਫੌਜਾਂ ਆਪਣੀਆਂ ਲੰਗਰ ਪ੍ਰਸ਼ਾਦਾ ਬਣਾਉਂਦੀਆਂ ਜੀ, ਇੱਥੇ ਸੇਵਾ ਚੱਲਦੀ ਹੈ ਜੀ। ਇੱਥੇ ਹੁਣ ਚੱਲਦੇ ਹਾਂ ਅਸੀਂ ਉੱਧਰ ਦੀ ਦਰਬਾਰ 'ਚ, ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਂਦੇ ਹਾਂ। ਪਾਈਆ ਕਰਮ ਮਿਲੈ ਨਾ ਮੀਠਾ ਕਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਸ਼੍ਰੀ ਵਾਹਿਗੁਰੂ। ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਚੱਲਦੇ ਹਾਂ ਅੰਦਰ ਦਰਬਾਰ 'ਚ ਚੱਲਦੇ ਹਾਂ ਜੀ। ਦਰਬਾਰ 'ਚ ਰਾਮ ਦੇ 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 ਰਾਮ ਦੇ
I'm
ਜਾਂ ਤੇ ਲੰਗਰ ਸਿਆ ਕਰੀਆਂ ਨੇ ਜੀ ਆਹ ਫੌਜ ਸੇਵਾ ਕਰ ਆ ਰਹੀ ਆ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਆਪਾਂ ਤੇ ਤਾਂ ਹੀ ਨਹੀਂ ਲੈਂਦਾ ਭਰਾਵਾ ਮੈਂ ਬੋਲਟ ਕਰੋ ਸਟਾਰਟ ਹੁਣ ਐ ਨਹੀਂ ਹੁੰਦੀ ਅੱਜ ਨਹੀਂ ਹੁੰਦੀ ਮੈਨੂੰ ਲੱਗਦਾ ਪੈਟਰੋਲ ਨਹੀਂ ਸੀਗਾ ਅੱਜ ਫੁੱਲ ਹੁੰਦਾ ਐ ਨਹੀਂ ਹੁੰਦੀ ਅੱਜ ਸਟਾਰਟ ਜਾਮ ਲੱਗ ਗਿਆ ਪਿੱਛੇ ਸਾਰਾ ਗਾਈਸ ਮੇਰੇ ਪੁੱਤਕੂ ਓਏ ਪੁੱਤਕੇ ਗੁਰਦੁਆਰੇ ਗਏ ਸੀ ਕਿਹੜੇ ਹੈਂ ਹੈਲੋ ਤੇ ਮੈਂ ਪਹੁੰਚ ਗਿਆ ਫਾਈਨਲੀ ਆਪਣੇ ਘਰ ਤੇ 11:40 ਹੋ ਗਏ ਆ
11 ਵਜੇ 40 ਮਿੰਟ ਹੋ ਗਏ ਤੇ ਆਪਣੇ ਘਰ ਪਹੁੰਚ ਗਏ ਹੁਣ ਆਪਾਂ ਥੱਕ ਗਏ ਆ ਮੌਸਮ ਸਾਨੂੰ ਸ਼ਾਮੀ ਬਹੁਤ ਵਧੀਆ ਮਿਲਿਆ ਹੁਣ ਆਉਂਦੇ ਹੋਏ ਕੋਈ ਬਰਸਾਤ ਕੋਈ ਕੁਛ ਨਹੀਂ ਰਿਹਾ ਵਧੀਆ ਆ ਗਏ ਅਸੀਂ ਗਿੱਲੇ ਵੀ ਨਹੀਂ ਹੋਏ ਕੀ ਕਰ ਰਹੀਆਂ ਹੈਲੋ ਜੂਡੀ ਇਹ ਮੇਰੀ ਜੂਡੀ ਚੱਲ ਤੂੰ ਕੁਝ ਬੋਲ ਦੇ ਹੈਲੋ ਗਾਇਸ ਬਸ ਹੈਲੋ ਗਾਇਸ ਕਿਆ ਹੋਰ ਕੀ ਕਰ ਰਹੇ ਹੋ ਤੁਸੀਂ ਸਾਰੇ ਠੀਕ ਹੋ ਹਾਂ ਠੀਕ ਹੋ ਹਾਂ ਠੀਕ ਹੋ ਵੀ ਸਾਰੇ ਦੱਸ ਦਿਆ ਕਰੋ ਪ੍ਰਤਾਪ ਨੂੰ ਠੀਕ ਹੈ ਪ੍ਰਤਾਪ ਤੁਹਾਨੂੰ ਬਹੁਤ ਮਿਸ ਕਰਦੀ ਹੈ ਸਾਰਿਆਂ ਨੂੰ ਜਿਹੜੇ ਜਿਹੜੇ ਤੁਸੀਂ ਸਾਡੀ ਵੀਡੀਓਜ਼ ਦੇਖਦੇ ਹੋ ਅਤੇ ਪਿਆਰ ਦਿੰਦੇ ਹੋ ਅਸੀਂ ਵੀ ਓਨਾ ਹੀ ਪਿਆਰ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀਡੀਓ ਰਾਹੀਂ ਅਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਮਿਲਦੇ ਹਾਂ ਫਿਰ ਓਕੇ ਬਾਏ ਬਾਏ ਬਾਏ।